डीजल और पेट्रोल दी कीमत दिन तो दिन आसमान छू रही हैं। इस टाइम असं मौजूद हैं अमृतसर के एक निजी पंप के उपर, लोगों ना खास गलबात करांगे कि असर जेब उपर पिया, क्योंकि लोग का कहना है कि कितने ना कितने सरकार वालों बड़े बड़े वादे किए जाते हैं पर जमीनी पद्धत उत्ते वादे कुछ होर ने। गलबात सर की नाम है जी? नरेन सिंह जी। नरेन सिंह जी, डीजल पेट्रोल कीमत दिन तो दिन वध रही ने, चार पांच दिनों में काफ़ी रेट वध गया, कितना असर पिया? बहुत पैंदा जी, तुहानूं पता जी सरकार कोई भी आ जाए सब कुछ इस तरह चलता रहा। घरेलू चीजा जिदा सिलेंडर हो गया जा होर चीजा हो गई ये काफ़ी असर पै रहा। मैंने बहुत जी तुम पता ही अपने अर्गे मतरी मेहनत मजदूरी करने वाले सारे लगता कि जिन्हें उही खाना उही तेल पाना, पहले किन्ने तेल पाते हूँ कि पाना पै रहा हूँ? अगे पहले तो चलो चन्नी साहब ने थोड़ा आण के किया थोड़ा रात तो हूँ फिर उही काम हो गया। लगता कि केंद्र सरकार की अपील करना चाहिए? अने भी थोड़ा गरीबा सोचने और की नहीं, लगता कि पहले 100 का तेल पाना पैदा हूँ उसकी जगह 200 का पाना पैदा। हाँ जी ये तो गल है, सच गल है सर। की सरकार की अपील करोगे? अभी इन्हें कहने रहम करो साढ़े से, थोड़ी महंगाई तोड़ो। बिल्कुल जी, होर भी लोगों ने असं गलबात करते हैं क्योंकि जेडे डीजल और पेट्रोल, क्योंकि हर एक घर के व्हीकल है तो व्हीकल तो बगैर कोई भी कारोबार नहीं हो सकता। किसी ने जो व्हीकल तो दूर जाना तो कार कढ़नी पवेगी, ऑफिस जाना तो मोटरसाइकिल। सर कितना देख रहे हो डीजल पेट्रोल की कीमत बढ़ गई? डीजल की कीमत बढ़ गई पर की करिए हूँ, मजबूरी पौनी मजबूरी है। बड़ा फर्क पैया, घट तो घट मैं 1000 रुपए तो पाँगा 15 दिन के बाद, मतलब हूँ 8-10 दिन तो खत्म हो जाता है। ज्यादा फर्क पैया, बहुत ज्यादा फर्क पैया, एवरेज भी देगी ना कई मोटरसाइकिलों की एवरेज है। होर भी लोगों गलबात करांगे क्योंकि लोगों का कहना है कि कितने ना कितने सरकार वालों वड्डे वड्डे वादे किए जाते हैं पर जो सरकार बन जाती ने जमीनी पद्धत कुछ होर ही होंदिया ने। गलबात करते सरदार जी, सरदार जी कितना देख रहे हो कीमतों? महंगाई दिन तो दिन आसमान छू रही है, आम लोगों के उत्ते कितना असर पिया? असर तो बहुत ज़्यादा वा, जिवें तेल की रियायत ये संबंधित जिन्या भी चीज़ा वा, क्रूड महंगा होने करके ये भी असर तो पैंदा ही है। ਜਿਵੇਂ ਤੇਲ ਆ ਜੇ ਤਾਂ ਪੰਜਾਬ ਸਰਕਾਰ ਨੂੰ ਆਪਣਾ ਟੈਕਸ ਜਿਹੜਾ ਇਹਦੇ ਤੋਂ ਛੱਡਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਰਾਹਤ ਮਿਲ ਸਕੇ, ਕਿਉਂਕਿ ਤੇਲ ਬਹੁਤ ਮਹਿੰਗਾ ਹੋ ਗਿਆ। ਪੰਜਾਬ ਸਰਕਾਰ ਨੂੰ ਆਪਣਾ ਟੈਕਸ ਵਿੱਚ ਉਹਦੇ ਰਾਇਤ ਦੇਣੀ ਚਾਹੀਦੀ ਤਾਂ ਕਿ ਰੇਲ ਲੋਕਾਂ ਨੂੰ ਆਮ ਪਬਲਿਕ ਨੂੰ ਇਹਦਾ ਫਾਇਦਾ ਹੋ ਸਕੇ। ਪਹਿਲਾਂ ਕਿੰਨੇ ਦਾ ਤੇਲ ਪਾਉਂਦੇ, ਹੁਣ ਕਿੰਨੇ ਦਾ ਪਾਉਣਾ ਪੈ ਰਿਹਾ? ਜੇ ਪਹਿਲਾਂ ਦੀ ਗੱਲ ਕਰੀਏ ਤਾਂ ਅਸੀਂ 25 ਰੁਪਏ ਵੀ ਪਵਾਇਆ, 15 ਰੁਪਏ ਲੀਟਰ ਵੀ ਤੇਲ ਪਵਾਇਆ। ਜੇ ਤੁਸੀਂ ਸਾਡੇ ਟਾਈਮ ਦੀ ਗੱਲ ਕਰੋ ਤਾਂ 15 ਰੁਪਏ ਲੀਟਰ ਵੀ ਪਵਾਇਆ ਉਸ ਸਮੇਂ 'ਚ, ਤਾਂ ਆਹ ਸਮੇਂ 'ਚ ਕਿੰਨਾ ਹੈਗਾ ਡਿਫਰੈਂਸ? ਬਹੁਤ ਜ਼ਿਆਦਾ ਫਰਕ, ਬਹੁਤ ਉਹ ਸਮਾਂ ਵੀ ਸੌਖਾ ਸੀ, ਲੋਕ ਵੀ ਸੁਖੀ ਸੀ, ਹਰ ਪਬਲਿਕ ਵੀ ਸੁਖੀ। ਹੁਣ ਸਗੋਂ ਜਿਉਂ ਜਿਉਂ ਦੀ ਨਵੀਂ ਗਾਂ ਸਾਇੰਸ ਤਰੱਕੀ ਨਹੀਂ ਹੋ ਰਹੀ ਸਗੋਂ ਇਸ ਗੱਲ ਦੀ ਸਰਕਾਰਾਂ ਬਦਲ ਰਹੀਆਂ, ਉਹ ਰੇਟ ਵੀ ਵੱਧ ਰਹੇ। ਹਾਂ ਹਾਂ ਰੇਟ ਵੱਧ ਰਹੇ ਸਾਰੇ। ਜੇ ਗੱਲ ਕੀਤੀ ਵੀ ਸਿਲੰਡਰ ਦੀ ਵੀ ਰੇਟ ਵੀ ਵਧੇ ਆ, ਉਹਨੂੰ ਕਿੱਦਾਂ ਵੇਖ ਘਰੇਲੂ ਘਰ ਦੇ ਵਿੱਚ ਤਾਂ ਕਾਫੀ ਬਜਟ ਹਿੱਲ ਗਿਆ, ਹਰ ਇੱਕ ਦਾ ਬਜਟ ਜਿਹੜਾ ਉਹ ਹਿੱਲ ਗਿਆ, ਜਿਹੜਾ ਆਮ ਆਦਮੀ ਆਦਮੀ ਕਹਿੰਦੇ ਆਪਾਂ ਆਮ ਆਦਮੀ ਕਹਿੰਦੇ ਉਹਦਾ ਬਜਟ ਦਾ ਬਹੁਤ ਜ਼ਿਆਦਾ ਫਰਕ ਆ, ਮੁਲਾਜ਼ਮ ਦਾ ਫਰਕ ਵਾ, ਇਹਦਾ ਫਰਕ ਵਾ, ਉਹਨੀਆਂ ਤਨਖਾਹਾਂ। ਜਿਹੜਾ ਬੰਦੇ ਨੂੰ ਪ੍ਰਾਈਵੇਟ ਤੌਰ 'ਤੇ 10-15 ਹਜ਼ਾਰ ਰੁਪਏ ਦੀ ਨੌਕਰੀ ਮਿਲਦੀ ਆ, ਉਹ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕਰੇ? ਕਿਉਂ ਕੋਈ ਵੀ ਪ੍ਰਾਈਵੇਟ ਕੰਪਨੀ ਜਿਹੜੀ ਆ ਗ੍ਰੈਜੂਏਟ ਨੂੰ ਪੋਸਟ ਗ੍ਰੈਜੂਏਟ ਨੂੰ ਜਿਹੜੀ ਆ ਉਹ 15 ਤੋਂ ਵੱਧ ਤਨਖਾਹ ਨਹੀਂ ਦਿੰਦੀ, ਪਹਿਲੀ ਗੱਲ 10 ਹੀ ਦਿੰਦੀ ਆ। ਇਹ ਲੱਗਦਾ ਕਿ ਇਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿੱਚ ਸਹਿਮਤੀ ਹੋ ਕੇ ਇਹ ਕਿਹੜਾ ਜਿਹੜਾ ਲੋਕਾਂ ਦੇ ਉੱਤੇ ਵਜੜ ਪਿਆ ਉਹਨੂੰ ਘਟਾਉਣਾ ਚਾਹੀਦਾ? ਇਹ ਕਿਹਾ ਨਹੀਂ ਜਾ ਸਕਦਾ, ਵੈਸੇ ਉੱਦਾਂ ਵਾਂ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਕੇਂਦਰ ਸਰਕਾਰ ਨਾਲ ਗੱਲ ਕਰੇ, ਆਪਣਾ ਟੈਕਸ ਤਾਂ ਛੱਡੇ ਤਾਂ ਹੀ ਲੋਕਾਂ ਨੂੰ ਰਾਹਤ ਮਿਲੇਗੀ। ਜਿਹੜਾ ਆਪਣਾ 99 ਰੁਪਈਏ 99 ਵਿੱਚ ਮੇਰਾ 40-45 ਰੁਪਈਏ ਪੰਜਾਬ ਸਰਕਾਰ ਦਾ ਟੈਕਸ ਹੀ ਹੋਣਾ, ਗਰੀਬ ਲੋਕ ਤਾਂ ਫਿਰ ਉਹ ਤਾਂ ਫਿਰ ਅਸਰ ਤਾਂ ਪੈਂਦਾ ਕਿ ਸੂਈ ਵਾਲੀ ਧਿਆਨ ਰੱਖਦਾ ਕਿ ਕਿਤੇ ਮੌਕਾ ਨਾ ਜਾਵੇ। ਬਿਲਕੁਲ ਜੀ, ਲੋਕਾਂ ਦਾ ਕਹਿਣਾ ਜਿੱਥੇ ਸਾਨੂੰ 100 ਦਾ ਤੇਲ ਪਾ ਕੇ ਚੱਲਣਾ ਪੈਂਦਾ ਸੀ ਪਰ ਕੀਮਤਾਂ ਦਿਨ ਤੋਂ ਦਿਨ ਆਸਮਾਨ ਛੂ ਰਹੀਆਂ। ਮੈਮ ਨੇ ਕਹਾ, ਮੈਮ ਕਿੱਦਾਂ ਦੇਖ ਰਹੇ ਹੋ ਜਿਹੜੀ ਕੀਮਤਾਂ ਡੀਜ਼ਲ ਪੈਟਰੋਲ ਦੇ ਕਿੰਨਾ ਫਰਕ ਪਿਆ ਵੈਸੇ ਬਜਟ ਦੇ ਲੈ ਕੇ? ਬਿਲਕੁਲ ਜੀ, ਲੋਕ ਨਾਰਾਜ਼ ਨੇ ਸਰਕਾਰ ਤੋਂ ਅਤੇ ਕੋਈ ਕਮੈਂਟ ਨਹੀਂ ਕਰ ਰਿਹਾ ਕਿਉਂਕਿ ਕਮੈਂਟ ਇਸ ਕਰਕੇ ਨਹੀਂ ਕਰ ਰਿਹਾ, ਸਰਕਾਰਾਂ ਬਣਨ ਤੋਂ ਪਹਿਲਾਂ ਕਈ ਵਾਅਦੇ ਕੀਤੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿਸੇ ਨੇ ਚੀਜ਼ਾਂ ਤੋਂ ਰਾਹਤ ਮਿਲੇਗੀ ਪਰ ਜੋ ਸਰਕਾਰਾਂ ਬਣ ਜਾਂਦੀਆਂ ਨੇ ਫਿਰ ਕਿਸੇ ਨੂੰ ਰਾਹਤ ਨਹੀਂ ਮਿਲਦੀ, ਇਸ ਕਰਕੇ ਲੋਕ ਸਰਕਾਰ ਤੋਂ ਵੀ ਖਫਾ ਨਜ਼ਰ ਆ ਰਹੇ ਨੇ। ਇਸ ਕਰਕੇ ਲਿਵਿੰਗ ਇੰਡੀਆ ਦੇ ਵੱਲੋਂ ਲੋਕਾਂ ਨਾਲ ਖਾਸ ਗੱਲ ਕੀਤੀ ਡੀਜ਼ਲ ਅਤੇ ਪੈਟਰੋਲ ਨੂੰ ਲੈ ਕੇ। ਕੈਮਰਾਮੈਨ ਨਵਨੀਤ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ।